ਅਯੂਬੇ ਨੂੰ ਨਾਲ ਖੜੀਏ ਤੇ ਬਾਬਾ ਜੀ ਕਬਰਸਤਾਨ ਦਾ ਵਿਜਨ ਆਈਏ ਕਰਕੇ ਸਾਰਾ ਕਿਲਾ ਮੰਗ ਲੈ ਆਉਂਦੇ ਹੈ ਹਰ ਦਿਨ ਅੱਲਾ ਪਾਕ ਦਾ ਦਿਨ ਹੈ ਇੱਕ ਖਾਸ ਦਿਨ ਹੁੰਦੇ ਦਿਨੇ ਜਾਣਾ ਜੇ ਦੱਸੋ ਬੜੇ ਕਬਰਸਤਾਨ ਅੱਛਾ 2 ਵਜੇ ਤੋਂ ਲੈ ਕੇ 9 ਵਜੇ 9 ਵਜੇ ਟਾਈਮ ਦੇਣਾ ਹੁੰਦਾ 9 ਵਜੇ 9 ਵਜੇ ਗਿਆ ਫਿਰ ਗਿਆ ਨਮਾਜ਼ ਪੜ੍ਹ ਕੇ ਤਸਬੀ ਨਮਾਜ਼ ਪੜ੍ਹ ਕੇ ਆਇਆ ਫਿਰ ਚਲਾ ਗਿਆ ਵਹਾਂ 11-12 ਵਜੇ ਪਹੁੰਚਾ ਲਓ ਜੀ 2 ਵਜੇ ਵਾਪਸ ਲਓ ਜੀ ਅਬ ਹਮਨੇ ਕਬਰਸਤਾਨ ਜਾਣਾ ਹੈ ਔਰ ਕਬਰਸਤਾਨ ਕਾ ਵਿਜ਼ਿਟ ਕਰਨਾ ਹੈ ਔਰ ਦੇਖਣਾ ਹੈ ਕਿ ਇਨਕੋ ਸਾਥ ਲੈ ਕੇ ਜਾਣਾ ਹੈ ਇਨ ਸਾਹਿਬ ਕੋ ਸਾਥ ਲੈ ਕੇ ਜਾਣਾ ਹੈ ਰਾਤ ਕੇ 12 ਵਜੇ ਕੇ ਬਾਅਦ ਕਬਰੇ ਹਮਾਰੀ ਹੈ ਬੜੇ ਕਬਰਸਤਾਨ ਕੀ ਸਭ ਕਬਰੇ ਕੋਈ ਡਰ ਨਹੀਂ ਹੋਤਾ ਵਹਾਂ ਵਹਾਂ ਸਭ ਆਪਣੇ ਰੂਹੇ ਹੋਤੀ ਹੈ ਅੱਛਾ ਸ਼ੈਤੀ ਨਹੀਂ ਹੋਤੇ ਵਹਾਂ ਪਰ ਕੋਈ ਨਹੀਂ ਹੋਤੇ ਚਲੋ ਠੀਕ ਹੈ ਜੀ ਅਬ ਹਮਨੇ ਦੇਖਣਾ ਕਿ ਵਹਾਂ ਪਰ ਸ਼ੈਤੀਨ ਹੋਤੇ ਹੈ ਕਿ ਨਹੀਂ ਠੀਕ ਹੈ ਜਦੋਂ ਪਿੱਛੇ ਜਾਏਗੇ ਆਪਕੋ ਖੁਸ਼ਬੂ ਆਏਗੀ ਅੱਛੀ ਅੱਛੀ ਖੁਸ਼ਬੂ ਆਏਗੀ ਕਿ ਆਪਕੋ ਐਸੀ ਹਵਾਓਂ ਕਾ ਝੋਂਕਾ ਅੱਛੀ ਖੁਸ਼ਬਾਰ ਮਿੱਠੀ ਬਾਤੋਂ ਅੱਛੇ ਇਕਲਾਮ ਜੈਸੀ ਵਾਲੀ ਬਾਤੋਂ ਮੈਂ ਆਪਕੋ ਕੋਈ ਵਾਸ ਸੁਣਾਈ ਦੇ ਚਲੋ ਇਹ ਕਹਿ ਰਹੇ ਹਾਂ ਕਿ ਆਵਾਜ਼ਾਂ ਸੁਣਾਈ ਦੇਣਗੀ ਅੱਛੀ ਔਰ ਖੁਸ਼ਬੂ ਆਏਗੀ ਵਹਾਂ ਪਰ ਚਲੋ ਦੇਖਦੇ ਹਾਂ ਫਿਰ ਵਹਾਂ ਪਰ ਕਿਆ ਹੋਤਾ ਹੈ ਠੀਕ ਹੈ ਓਕੇ ਅੱਲਾ ਹਾਫਿਜ਼।